ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੋ ਮਨੀਫੋਡ ਟੈਰਰ ਸਮੇਲਨ ਦਾ ਕੱਲ ਕਰਨਗੇ ਉਦਘਾਟਨ ਕੇਂਦਰੀ ਸਿਹਤ ਮੰਤਰਾਲਾ ਨੇ ਕੋਵੈਕਸਿਨ ਦੇ ਕਲੀਨਿਕਲ ਪ੍ਰੀਖਣ ਵਿੱਚ ਜਲਦਬਾਜ਼ੀ ਸੰਬੰਧੀ ਮੀਡੀਆ ਰਿਪੋਰਟਾਂ ਨੂੰ ਕੀਤਾ ਖਾਰਜ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਹੁਸ਼ਿਆਰਪੁਰ ਅਤੇ ਕੇਂਦਰੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਗੁਰਦਾਸਪੁਰ ਦੌਰੇ ਤੇ ਪਾਜਪਾ ਨੇਤਾਵਾਂ ਤੇ ਵਰਕਰਾਂ ਨਾਲ ਬੈਠਕਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਕੇਂਦਰ ਸਰਕਾਰ ਦੀਆਂ ਸਕੀਮਾਂ ਦੀ ਕੀਤੀ ਸਮੀਖਿਆ ਆਜ਼ਾਦੀ ਕਲਾਟੀਏ ਲਾਲਾ ਲਾਜਪਤ ਰਾਏ ਦੇ ਬਲੀਦਾਨ ਦਿਵਸ ਮੌਕੇ ਪਿੰਡ ਟੁੱਡੀ ਕੇ ਵਿਖੇ ਉਹਨਾਂ ਨੂੰ ਸ਼ਰਧਾਂਜਲੀ ਪੇਟ ਤੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ T20 ਮੈਚ ਪੈਕੇਵਿੰਗਟਨ ਦੇ ਸਕਾਈ ਸਟੇਡੀਅਮ ਵਿੱਚ ਹੁਣ ਖਬਰਾਂ ਵਿਸਾਦ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਨਵੀਂ ਦਿੱਲੀ ਵਿੱਚ ਕਾਊਂਟਰ ਟੈਰੋਰਿਜ਼ਮ ਫਾਈਨਾਂਸਿੰਗ ਦੇ ਤੀਜੇ ਨੋ ਮਨੀ ਫਾਰ ਟੈਰਰ ਐਨ ਐਮ ਐਫਟੀ ਦੇ ਮੰਤਰੀ ਪੱਧਰੀ ਸੰਮੇਲਨ ਵਿੱਚ ਉਦਘਾਟਨੀ ਭਾਸ਼ਣ ਦੇਣਗੇ ਇਹ ਸੰਮੇਲਨ 18 ਤੇ 19 ਨਵੰਬਰ ਨੂੰ ਆਯੋਜਿਤ ਕੀਤਾ ਜਾਵੇਗਾ ਜੋ ਕਿ ਇਸ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਤੇ ਸੰਗਠਨਾ ਲਈ ਅਤਵਾਦ ਵਿਰੋਧੀ مالی ਏਮਦਾਦ ਤੇ ਮੌਜੂਦਾ ਅੰਤਰਰਾਸ਼ਟਰੀ ਪ੍ਰਬੰਧ ਦੀ ਪ੍ਰਭਾਵਸ਼ੀਲਤਾ ਦੇ ਨਾਲ ਨਾਲ ਉੱਭਰਦੀਆਂ ਚੁਣੌਤੀਆਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕਣ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰੇਗਾ ਇਹ ਜਾਣਕਾਰੀ ਕੌਮੀ ਜਾਂਚ ਏਜੰਸੀ ਦੇ ਮਹਾਨ ਨਿਰਦੇਸ਼ਕ ਦਿਨਕਰ ਗੁਪਤਾ ਨੇ ਨਵੀਂ ਦਿੱਲੀ ਵਿੱਚ ਦਿੱਤੀ ਚਾਹੇ ਪੰਜਾਬ ਦੀ ਬਾਤ ਹੋ ਕਸ਼ਮੀਰ ਦੀ ਬਾਤ ਹੋ ਜੋ ਇਸ ਲਈ 테러ਿਸਟ ਫਾਈਨਾਂਸਿੰਗ ਜੋ ਹੈ ਇੱਕ ਬੜਾ ਬਹੁਤ ਬੜਾ ਅਹਿਮ ਮੁੱਦਾ ਹੈ ਕ੍ਰਿਟੀਕਲ ਮੁੱਦਾ ਹੈ और इसके बारे में हमारी चर्चा होगी इसके जो ट्रेडिशनल मेथड्स हैं जो फाइनेंसिंग के थे चाहे हवाला था दूसरी चीज़ें थी और हमारे पास इस चीज इन चीज़ों का एविडेंस भी है कि पैसा बाहर से आया कोई एम चैनल से आया कोई वेस्टर्न यूनियन से आया मनी ग्राम से आया ਕੁਝ ਕਿਸੇ ਦੇ ਖਾਤੇ ਮੇਂ ਪੈਸਾ ਡਾਲ ਦਿਆ ਗਿਆ ਤਾਂਕੀ ਔਰ ਵਹਾਂ ਸੇ ਪੈਸਾ ਉਠਾ ਲਿਆ ਗਿਆ ਇਸ ਕੇ ਪ੍ਰਮਾਨ ਮਿਲੇ ਹਨ ਕੇਂਦਰੀ ਸਿਹਤ ਮੰਤਰਾਲਾ ਨੇ ਉਹਨਾ ਮੀਡੀਆ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਸਿਆਸੀ ਦਬਾਅ ਕਾਰਨ ਕੋਵੈਕਸਿਨ ਲਈ ਰੈਗੂਲੇਟਰੀ ਮਨਜ਼ੂਰੀ ਵਿੱਚ ਜਲਦਬਾਜ਼ੀ ਕੀਤੀ ਗਈ ਸੀ ਰਿਪੋਰਟਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਸ ਵਿਦੇਸ਼ੀ ਕੋਵਿਡ-19 ਵੈਕਸਿਨ ਕੋਵੈਕਸਿਨ ਦੀ ਨਿਰਮਾਤਾ भारत बायोटेक ਨੂੰ ਸਿਆਸੀ ਦਬਾਅ ਕਾਰਨ ਕੁਝ ਪ੍ਰਕਿਰਿਆ ਨੂੰ ਛੱਡਣਾ ਪਿਆ ਤੇ ਕਲੀਨिकल ਟਰਾਇਲ ਵੀ ਤੇਜ਼ ਕਰਨੇ ਪਏ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਹ ਮੀਡੀਆ ਰਿਪੋਰਟਾਂ ਪੂਰੀ ਤਰ੍ਹਾਂ ਗਮਰਾਹ ਗੁੰਮਰਾਹਕੁੰਤੇ ਗਲਤ ਜਾਣਕਾਰੀ ਤੇ ਆਧਾਰਿਤ ਹੈ। ਮੰਤਰਾਲੇ ਨੇ ਕਿਹਾ ਕਿ ਰਾਸ਼ਟਰੀ ਰੈਗੂਲੇਟਰੀ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਨੇ ਹੰਗਾਮੀ ਵਰਤੋਂ ਅਧਿਕਾਰ ਲਈ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇਣ ਲਈ ਵਿਗਿਆਨਿਕ ਪਹੁੰਚ ਅਤੇ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਕੀਤੀ ਹੈ। ਮੰਤralਾ ਨੇ ਕਿਹਾ ਕਿ ਟੀਕਿਆਂ ਨੂੰ ਮਨਜ਼ੂਰੀ ਦੇਣ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਅਤੇ ਨਿਰਧਾਰਿਤ ਮਾਪਦੰਡਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਆਪਣੀ ਲੋਕ ਸਭਾ ਪਰਵਾਸ ਯੋਜਨਾ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਵਿਖੇ ਅੱਜ ਪਾਰਟੀ ਵਰਕਰਾਂ ਨਾਲ ਇੱਕ ਮੀਟਿੰਗ ਕਰਨ ਤੋਂ ਇਲਾਵਾ ਵਾਕ-ਵਾਖ ਪ੍ਰੋਗਰਾਮ ਆ ਵੀ ਚੇਸਾਲਿਆ। ਪਾਰਟੀ ਦੀ ਮੁਕੇਰੀਆਂ ਯੂਨਿਟ ਦੇ ਪ੍ਰਧਾਨ ਸੰਜੀਵ ਮਨਹਾਸ ਪਾਰਟੀ ਦੇ ਸੂਬਾ ਜਨਰਲ ਸਕਤਰ ਸੁਬਾਸ਼ ਸ਼ਰਮਾ ਅਤੇ ਮੁਕੇਰੀਆਂ ਤੋਂ ਪਾਰਟੀ ਦੇ ਵਿਧਾਇਕ ਜੰਗੀ ਲਾਲ ਮਹਾਜਨ ਵੀ ਇਸ ਮੌਕੇ ਮੌਜੂਦ ਰਹੇ ਜ਼ਿਲ੍ਹਾ ਹੁਸ਼ਿਆਰਪੁਰ ਦਿਹਾਤੀ ਯੂਨਿਟ ਦੀ ਮੁਕੇਰੀਆਂ ਵਿੱਚ ਹੋਈ ਜਥੇਬੰਦਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਬੇਹੱਦ ਮਹੱਤਵਪੂਰਨ ਨੇ ਤੇ ਪਾਰਟੀ ਵਰਕਰ ਪਹਿਲਾਵਾੰਗ ਇਹਨਾਂ ਚੋਣਾਂ ਲਈ ਹੁਣ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰ ਦੇਣ ਉਨਾ ਕਿਆਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵੱਖ-ਵੱਖ ਲੋਕਪੱਖੀ ਨੀਤੀਆਂ ਲਾਗੂ ਕਰ ਰਹੀ ਹੈ ਤੇ ਪਾਰਟੀ ਵਰਕਰ ਇਹਨਾਂ ਨੀਤੀਆਂ ਦਾ ਲਾਭ ਸਮਾਜ ਦੇ ਹੇਠਲੇ ਵਰਗ ਤੱਕ ਪਹੁੰਚਾਣਾ ਯਕੀਨੀ ਬਣਾਉਣ ਵਿਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਆਪਣੇ ਪ੍ਰਵਾਸ ਦੌਰਾਨ ਉਹਨਾਂ ਪਾਰਟੀ ਵਰਕਰਾਂ ਵਿੱਚ ਖਾਸ ਉਤਸ਼ਾਹ ਦੇਖਿਆ। ਸਭ ਲੋਕੋ ਨੇ ਇਹਾ ਕਾਰਕਟਰਤਾਂ ਕੇ ਸਾਥ ਮੈਂ ਬੈਠ ਕੇ ਇੱਕ ਵਿਸਤ੍ਰਿਤ ਬੈਠਕ 10ਵਾਂ ਮੁਕੇਰੀਆ ਔਰ टांडा इन तीनों विधानसभा क्षेत्रों की किए की कार्यकर्ताओं में बहुत उत्साह है और वो संकल्पबद्ध होकर के आने वाले चुनाव के लिए तैयारी करके आज उन्होंने कमिट करके यहाँ से जाना ऐसा तय किया होंगे और उन कार्यक्रमों के बाद में निरंतर जो है इस तरह के प्रवास का क्रम बना रहेगा और मुझे पूरा विश्वास है कि इस सब के चलते हम भारतीय जनता पार्टी का कमल एक बार फिर खिलाने में ਇਹ ਕਾਮਯਾਬ ਹੋਣਗੇ ਬੀਜੇਪੀ ਇਹਾ ਆਏਗਾ ਮੀ ਲੋਕਸਭਾ ਚੁਣੌ ਵਿੱਚ ਹੈਟ੍ਰਿਕ ਬਣਾਏਗੀ ਮੁਕੇਰੀਆਂ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਮਗਰੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਾਨੂੰਨ ਪ੍ਰਬੰਧ ਦੇ ਮੁੱਦੇ ਤੇ ਚੋਣਾਂ ਤੋਂ ਪਹਿਲਾਂ ਹੀ ਪਾਰਟੀ ਨੇ ਕਈ ਖਦਸ਼ੇ ਜ਼ਾਹਿਰ ਕੀਤੇ ਸਨ ਉਹਨਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕਈ ਵਿਕਾਸ ਕਾਰਜ ਚੱਲ ਰਹੇ ਨੇ ਇੱਕ ਰਿਪੋਰਟ होशियारपुर जिले में वक बख विकास कार्यों की गल करद केंद्रीय जल शक्ति मंत्री गजेंद्र सिंह शेखावत ने दसिया तो होशियारपुर तलवाड़ा रेल लिंक जो है वो माननीय मोदी जी की सरकार ने बनाना ऐसा तय किया जिसका टेंडर होकर के वर्क अलॉट हो गया है चार सौ ग्यारह करोड़ रुपए की लागत से शीघ्र ये बहुप्रतीक्षित मांग जो है ये पूरी होने वाली है इसी के साथ साथ में अमृतसर घूमन रोड को जो 77 किलोमीटर का स्ट्रेच है उसको फोर लेन करने के जो का जो काम है वो 1730 करोड़ की लागत से पूरा किया जाएगा गोमन से टांडा प्रोजेक्ट जो 31 किलोमीटर की लैंड एक्विजिशन कॉस्ट सहित लगभग सात करोड़ रुपए की लागत से इस काम को भी पूरा किया जाएगा इसी के तो इसी के क्रम में मैट जो होशियारपुर में मेडिकल कॉलेज बनाए तीन करोड़ रुपए की लागत से उसमें भी 60% परसेंट शेयर 60% परसेंट सहयोग भारत सरकार ने किया है और इस प्रोजेक्ट के लिए 50 करोड़ रुपए भारत सरकार की तरफ से ऑलरेडी आवंटित किए जा चुके हैं ताकि काम शीघ्रता के साथ में पूरा किया जा सके गजेंद्र सिंह शेखावत ने कहा कि आम आदमी पार्टी की सरकार दे गैर जिम्मेदारी वाले व्यवहार न कानून प्रबंध की हालत खराब हो रही है उनके गैर जिम्मेदाराना व्यवहार के चलते हुए जिस तरह से पंजाब में लॉ एंड ऑर्डर सिचुएशन डायल्यूट हुई है जिस तरह से यहाँ अपराधी बेलगाम हुए हैं बेखौफ हुए हैं जिस तरह से धमकियों और एक्सटॉर्शन का नया दौर प्रारंभ हुआ है जिस तरह से अतिवादियों का महिमा मंडन हो रहा है सिंगर्स से लेकर के प्लेयर्स तक जिस तरह से हत्याएं हो रही है एक्सटॉर्शन के लिए जिस तरह से दबाव बनाने के लिए भय पैदा करने के लिए जिस तरह से हत्याएं और हमले कारित किए जा रहे हैं आज पंजाब के लोग आशंकित हैं डरे हुए हैं और वो कहीं ना कहीं भयभीत है कि कहीं पंजाब वापस उसी पुराने दौर में तो नहीं लौट रहा है निश्चित ही एक चिंता का विषय भारतीय जनता पार्टी के लिए भी क्योंकि राष्ट्रीय सुरक्षा से जुड़ा हुआ मुद्दा भी है और पंजाब के नागरिकों से जुड़ा हुआ मुद्दा भी है तो भारतीय जनता पार्टी के लिए भी चिंता का कारण है गजेंद्र सिंह शेखावत अनुसार कानून प्रबंध सूबा सरकार का मामला है सरकार को इस ध्यान देना चाहिए है पुलिस का काम जो है वो राज्य की सरकार का काम है हमारे संविधान के अनुरूप राज्य सरकार को इस पर तुरंत उचित फैसला और कर, करते हुए कदम लेना चाहिए भारत विरोधी मानसिकता कहीं भी कोई या कोई गतिविधि भारत में या भारत के कह, बाहर भी कहीं चल रही है इसको बर्दाश्त नहीं करेंगे यह माननीय मोदी जी ने इसको स्पष्ट किया है

ਪਾਜਪਾ ਨੇਤਾਵਾਂ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਸੰਬੰਧੀ ਸੁਝਾਅ ਦਿੱਤੇ ਇਸ ਦੌਰਾਨ ਉਹਨਾਂ ਨੇ ਜ਼ਿਲ੍ਹੇ ਦੀਆਂ ਅਧਿਕਾਰੀਆਂ ਨਾਲ ਬੈਠਕ ਕਰਕੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦੀ ਸਮੀਖਿਆ ਕੀਤੀ ਅਤੇ ਇਹਨਾਂ ਯੋਜਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਵੀ ਕਿਹਾ ਗੁਰਦਾਸਪੁਰ ਜ਼ਿਲ੍ਹੇ ਮੈਂ ਲੋਕ ਸਭਾ ਪਰਵਾਸ ਕਾਇਗ ਵਿਜ਼ਿਟ ਹੈ ਉਸਮੈਂ ਕੋਰ ਕਮੇਟੀ ਦੀ ਵੀ ਬੈਠਕ ਹੋਈ ਕੁਝ ਸੁਝਾਅ ਵਹੇ ਕਿ ਅਸੀਂ 2024 ਦਾ ਚੋਣ ਅਚੀ ਤਰ੍ਹਾਂ ਹੀ ਜਿੱਤ ਸਕیں ਭਾਰਤੀ ਜਨਤਾ ਪਾਰਟੀ ਉਸਕੇ ਲਈ ਕੁਝ ਸੁਝਾਅ ਲਿਏ ਹਨ ਕੁਝ ਹੋਰ ਜ਼ਿਲ੍ਹੇ ਦੇ ਵਿਕਾਸ ਲਈ ਵੀ ਸੁਝਾਅ ਲਿਏ ਹਨ ਕੌਮੀ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਇਹ ਨੋਟਿਸ ਫਿਰੋਜ਼ਪੁਰ ਜ਼ਿਲ੍ਹੇ ਵਿਚਲੇ ਸਤਲੁਜ ਦਰਿਆ ਦੇ ਆਲੇ ਦੁਆਲੇ ਦੇ ਸਰਹੱਦੀ ਖੇਤਰਾਂ ਵਿੱਚ ਕਥਿਤ ਤੌਰ ਤੇ ਵਿਦਿਅਕ ਸਹੂਲਤਾਂ ਦੀ ਸਹੀ ਪਹੁੰਚ ਦੀ ਕਮੀ ਨੂੰ ਮੁੱਖ ਰੱਖ ਕੇ ਦਿੱਤਾ ਗਿਆ ਹੈ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਲਈ ਨਾਮਜ਼ਦਗੀ ਪ੍ਰਕਿਰਿਆ ਅੱਜ ਖਤਮ ਹੋ ਗਈ ਦੂਜੇ ਗੇੜ ਵਿੱਚ 93 ਸੀਟਾਂ ਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ ਪਹਿਲੇ ਗੇੜ ਦੇ ਉਮੀਦਵਾਰਾਂ ਦੇ ਨਾਂ ਵਾਪਸੀ ਦਾ ਅੱਜ ਅੰਤਿਮ ਦਿਨ ਸੀ ਰਾਜ ਦੀਆਂ 182 ਵਿਧਾਨ ਸਭਾ ਸੀਟਾਂ ਵਿੱਚੋਂ ਪਹਿਲੇ ਗੇੜ ਵਿੱਚ 89 ਸੀਟਾਂ ਤੇ 1 ਦਸੰਬਰ ਨੂੰ ਵੋਟਾਂ ਪੈਣਗੀਆਂ ਨਾਮਜ਼ਦਗੀਆਂ ਪਰਚਿਆਂ ਦੀ ਜਾਂਚ ਤੋਂ ਬਾਅਦ 999 ਉਮੀਦਵਾਰ ਬਾਕੀ ਬਚੇ ਨੇ ਇਸ ਦੌਰਾਨ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾਕਟਰ ਜੀਤेंद्र ਸਿੰਘ ਨੇ ਕਿਹਾ ਹੈ ਕਿ ਦੇਸ਼ ਦੁਨੀਆ ਵਿੱਚ ਡਾਕਟਰੀ ਸਾਇੰਸ ਪਾਟੇ ਦੇ ਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ। ਉਹਨਾਂ ਦੱਸਿਆ ਕਿ 2019 ਤੋਂ 2022 ਤੱਕ ਦੇ ਸਮੇਂ ਦੌਰਾਨ 10 ਲੱਖ ਤੋਂ ਵੱਧ ਵਿਦੇਸ਼ੀਆਂ ਨੂੰ ਮੈਡੀਕਲ ਵੀਜ਼ਾ ਦਿੱਤਾ ਗਿਆ। ਨਵੀਂ ਦਿੱਲੀ ਵਿੱਚ ਇੱਕ ਪ੍ਰੋਗਰਾਮ ਵਿੱਚ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਅਗਲੇ 3 ਸਾਲਾਂ ਤੱਕ ਦੇਸ਼ ਵਿੱਚ ਸਿਹਤ ਸੇਵਾ ਖੇਤਰ ਵੱਧ ਕੇ 50 ਅਰਬ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਉਹਨਾਂ ਦੱਸਿਆ ਕਿ ਦੇਸ਼ ਵਿੱਚ ਤਕਰੀਬਨ 600 ਹਸਪਤਾਲ ਅਜਿਹੇ ਨੇ ਜੋ ਘੱਟ ਲਾਗਤ ਉਪਰ ਵਿਸ਼ਵ ਪੱਧਰੀ ਇਲਾਜ ਉਪਲਬਧ ਕਰਵਾ ਰਹੇ ਨੇ। ਕੇਂਦਰੀ ਸੂਚਨਾ ਤੇ ਪ੍ਰਸਾਰਣ ਸਕੱਤਰ ਅਪੂਰਵ ਚੰਦਰ ਨੇ ਅੱਜ ਸੀਆਈਆਈ ਬਿਗ ਪਿਕਚਰਸ ਮੈਟ ਵਿਸੋਬਾਈ ਵਿਛੇਚਾ ਲਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਦੇ ਮੀਡੀਆ ਦੀ ਪਰੋਸੇ ਯੋਗਤਾ ਤੇ ਸਾਨੂੰ ਕੰਮ ਕਰਨ ਦੀ ਲੋੜ ਹੈ ਉਹਨਾਂ ਗੁੰਮਰਾਹਕੁੰਨ ਖਬਰਾਂ ਅਤੇ ਇਤਰਾਜ਼ਯੋਗ ਸਮੱਗਰੀ ਤੇ ਨਿਯੰਤਰਣ ਲਈ ਅਸਰਦਾ ਢੰਗ ਨਾਲ ਕੰਮ ਕੀਤੇ ਜਾਣ ਦੀ ਲੋੜ ਤੇ ਵੀ ਜ਼ੋਰ ਦਿੱਤਾ ਸਮਾਜ ਵਿੱਚ ਵੱਖ-ਵੱਖ ਸਮੇਂ ਤੇ ਹਾਲਾਤ ਨਾਲ ਨਜਿੱਠਣ ਲਈ ਮੀਡੀਆ ਵੱਲੋਂ ਪਾਏ ਗਏ ਯੋਗਦਾਨ ਦਾ ਜ਼ਿਕਰ ਕਰਦੇ ਹੋਣਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਮੀਡੀਆ ਨੇ ਇੱਕ ਜ਼ਿੰਮੇਵਾਰ ਭੂਮਿਕਾ ਨਿਭਾਈ ਆਜ਼ਾਦੀ ਕੋਲਾਟੀਏ ਲਾਲਾ ਲਾਜਪਤ ਰਾਏ ਦੇ ਬਲੀਦਾਨ ਦਿਵਸ ਮੌਕੇ ਉਹਨਾਂ ਦੇ ਜਨਮ ਅਸਥਾਨ ਮੋਗਾ ਦੇ ਪਿੰਡ ਟੁੱਡੀਕੇ ਵਿਖੇ ਉਹਨਾਂ ਨੂੰ ਸ਼ਰਧਾਂਜਲੀ ਪੇਟ ਕੀਤੀਆਂ ਗਈਆਂ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਯਾਦਗਾਰੀ ਕਮੇਟੀ ਦੇ ਉਪ ਚੇਅਰਮੈਨ ਰਣਜੀਤ ਸਿੰਘ ਧੰਨਾ ਸਮੇਤ ਸਮਾਜਿਕ ਤੇ ਰਾਜਨੀਤਿਕ ਸ਼ਖਸੀਅਤਾਂ ਤੋਂ ਇਲਾਵਾ ਵਾਕਵਕ ਪਿੰਡਾਂ ਦੇ ਸਰਪੰਚਾਂ ਨੇ ਲਾਲਾ ਲਾਜਪਤ ਰਾਏ ਦੇ ਬੁੱਤ ਤੇ ਫੁੱਲ ਚੜਾ ਕੇ ਸ਼ਰਧਾਂਜਲੀ ਪੇਟ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਬੇਸ਼ੱਕ ਲਾਲਾ ਲਾਜਪਤ ਰਾਏ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਪਰ ਅਜੇ ਵੀ ਦੇਸ਼ ਤੇ ਪੰਜਾਬ ਵਿਰੋਧੀ ਤਾਕਤਾਂ ਨੌਜਵਾਨਾਂ ਨੂੰ ਨਸ਼ਿਆਂ ਵੱਲ ਤੱਕ ਕੇ ਸੂਬੇ ਨੂੰ ਬਰਬਾਦ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਨੇ ਉਹਨਾਂ ਨੌਜਵਾਨਾਂ ਨੂੰ ਇਹਨਾਂ ਤਾਕਤਾਂ ਵਿਰੁੱਧ ਇਕਜੁੱਟ ਹੋ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ ਇਸ ਮੌਕੇ ਸਾਰੇ ਪਤਵੰਤਿਆਂ ਨੇ ਯਾਦਗਾਰੀ ਲਾਇਬ੍ਰੇਰੀ ਵਿੱਚ ਆਜ਼ਾਦੀ ਸੰਗਰਾਮ ਵਿੱਚ ਕੁਰਬਾਨੀਆਂ ਕਰਨ ਵਾਲੇ ਗਦਰੀ ਬਾਬਿਆਂ ਅਤੇ ਲਾਲਾ ਲਾਜਪਤ ਰਾਏ ਨਾਲ ਸੰਬੰਧਿਤ ਤਸਵੀਰਾਂ ਵੀ ਦੇਖੀਆਂ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਉਤਪ੍ਰੋਤ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਨੇ ਲੁਧਿਆਣਾ ਤੋਂ 20 ਕਿਲੋ 326 ਗ੍ਰਾਮ ਨਸ਼ੀਲਾ ਪਦਾਰਥ ਫੜੇ ਆਏ ਤੇ ਇਸ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ 3 ਹਫ਼ਤਿਆਂ ਵਿੱਚ ਪੰਜਾਬ ਵਿੱਚ ਤਕਰੀਬਨ 14 ਕਿਲੋ ਚਰਸ ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਨੇ ਤੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਤਰੀ ਖੇਤਰ ਦੇ ਡਿਪਟੀ ਡਾਇਰੈਕਟਰ ਜਨਰਲ ਗਿਆਨੇਸ਼ਵਰ ਸਿੰਘ ਨੇ ਦੱਸਿਆ ਕਿ ਛਾਪੇਮਾਰੀ ਅਜੇ ਵੀ ਜਾਰੀ ਹੈ ਤੇ ਹੋਰ ਰਿਕਵਰੀ ਦੀ ਉਮੀਦ ਹੈ। ਉਹਨਾਂ ਦੱਸਿਆ ਕਿ 586000 ਰੁਪਏ ਦੀ ਨਕਦੀ, ਨੋਟ ਗਿਣਨ ਵਾਲੀ ਮਸ਼ੀਨ, ਕਾਰਤੂਸ ਤੇ ਹੋਰ ਸਮਾਨ ਵੀ ਬਰਾਮਦ ਹੋਇਆ ਏ। ਗਿਆਨੇਸ਼ਵਰ ਸਿੰਘ ਨੇ ਦੱਸਿਆ ਕਿ ਇਹ ਬਰਾਮਦਗੀ ਹਿਮਾਚਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਗਈ ਛਾਪੇਮਾਰੀ ਦੇ ਨਤੀਜੇ ਨੇ। ਉਹਨਾਂ ਦੱਸਿਆ ਕਿ ਦੇਸ਼ ਭਾਰ ਵਿੱਚ ਨਸ਼ਿਆਂ ਤੇ ਇਸ ਦੇ ਗੱਟ ਜੋੜ ਨੂੰ ਖਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਕਲਪ ਮੁਤਾਬਕ ਨਸ਼ਿਆਂ ਸਮਗਲਨਾ ਤੇ ਗੈਂਗਸਟਰਾਂ ਦੇ ਆਤਵਾਦੀ ਸਬੰਧਾਂ ਵਿਚਕਾਰ ਗੱਠ ਜੋੜਦੀਆਂ ਸਾਰੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਹ ਲਗਿਆਨੇ 60 ਕਿਲੋ ਤੋਂ ਜ਼ਿਆਦੇ ਕਵਰਟ ਪੜੀ ਗਈ ਹੈ। ਜਿਸ ਨਾਲੇ 2 ਲਾਈਵ ਕੈਟ੍ਰਿਜਸ ਰੱਖੀ ਹੋਈ ਹੈ। 5,86,000 ਰੁਪੀਏ ਦਰਹਮ ਚਿੱਪ ਕਰੰਸੀ ਲੈਪਟਾਪਸ ਮੋਬਾਈਲ ਫੋਨ ਸਿਮ ਕਾਰਡਸ ਕੈਸ਼ ਕਾਊਂਟਿੰਗ ਮਸ਼ੀਨਸ ਇਹਨੂੰ ਤੇ ਹੋਰ ਵੀ ਬਹੁਤ ਸਾਰੀ ਚੀਜ਼ਾਂ ਬਰਾਬਰ ਹੋਈਆਂ ਐਂਡ ਇਹ ਕੈਸੀ ਇਸੇ ਕਾਰਵਾਈ ਕਰ ਜੀ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ T20 ਮੈਚ ਪਲਕੇ ਵਲਿੰਗਟਨ ਦੇ ਸਕਾਈ ਸਟੇਡੀਅਮ ਵਿੱਚ ਖੇੜਿਆ ਜਾਵੇਗਾ ਇਹ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 12 ਵਜੇ ਸ਼ੁਰੂ ਹੋਵੇਗਾ ਹਾਰਦਿਕ ਪਾਂਡਿਆ ਟੀਮ ਦੀ ਕਪਤਾਨੀ ਕਰਨਗੇ ਦੂਜਾ ਮੈਚ 2 ਨਵੰਬਰ ਨੂੰ ਓਵਲ ਵਿੱਚ ਤੇ ਤੀਜਾ ਤੇ ਆਖਰੀ T20 ਮੈਚ 22 ਨਵੰਬਰ ਨੂੰ ਨੇਪੀਅਰ ਵਿੱਚ ਖੇੜਿਆ ਜਾਵੇਗਾ ਦੁਮਾ ਦੇਸ਼ਾਂ ਵਿਚਾਲੇ ਤਿੰਨਕ ਰੋਜ਼ਾ ਕੌਮਾਂਤਰੀ ক্রিকেট ਮੈਚਾਂ ਦੀ ਲੜੀ ਦਾ ਪਹਿਲਾ ਮੈਚ 25 ਨਵੰਬਰ ਨੂੰ ਆਕਲੈਂਡ ਵਿੱਚ ਖੇਡਿਆ ਜਾਵੇਗਾ। ਇੱਕ ਰੋਜ਼ਾ ਕੌਮਾਂਤਰੀ ক্রিকেট ਮੈਚਾਂ ਦੀ ਲੜੀ ਵਿੱਚ ਭਾਰਤੀ ਟੀਮ ਦੀ ਕਪਤਾਨੀ ਸ਼ਿਖਰ ਤਵਨ ਕਰੇਗਾ। ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਚਾਣ ਵਾਲੇ ਦਿਨਾਂ ਵਿੱਚ ਠੰਡ ਹੋਰ ਜ਼ੋਰ ਫੜੇਗੀ। ਹਿਮਾਲਿਆ ਤੋਂ ਉੱਤਰ-ਪੱਛਮੀ ਹਵਾਵਾਂ ਮੈਦਾਨਾਂ 'ਵਲ ਬੱਦਰੀਆਂ ਨੇ ਅਤੇ ਕਈ ਇਲਾਕਿਆਂ ਵਿੱਚ ਤਾਪਮਾਨ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਵਿੱਚ ਪੱਛਮੀ ਹਿਮਾਲਿਆ ਖੇਤਰ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਤੇ ਬਰਫਬਾਰੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਕਈ ਖੇਤਰਾਵਾਂ ਵਿੱਚ ਭਾਰੀ ਬਰਫਬਾਰੀ ਹੋਈਏ ਤੇ ਠੰਡ ਨੇ ਜ਼ੋਰ ਫੜਿਆ ਆਏ। ਲਾਹੌਰ ਸਪੀਤੀ ਤੇ ਮਨਾਲੀ ਤੇ ਹੋਰ ਉਚੇਰੇ ਇਲਾਕਿਆਂ ਵਿੱਚ ਬਰਫਬਾਰੀ ਹੋਈਏ। ਜੰਮੂ ਕਸ਼ਮੀਰ ਦੇ ਪਹਿਲਗਾਮ ਤੇ ਗੁਲਮਰਗ ਵਿੱਚ ਵੀ ਬਰਫਬਾਰੀ ਦਰਜ ਕੀਤੀ ਗਈ ਹੈ। ਤੇ ਇਸ ਦੇ ਨਾਲ ਹੀ ਖਬਰਾਂ ਦਾ ਆਈ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ। ਨਮਸਕਾਰ।